ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬਿਹੀ ਬਿਹੀ ਦੇ ਪਰਲੇ ਸਿਰੇ ਉਤੇ ਮੋਕਲੇ ਜਿਹੇ ਵੇੜੇ ਵਾਲਾ ਨਰਾਇਣ ਅਮਲੀ ਦਾ ਘਰ ਭਾਨੋਂ ਘਰ ਸੰਭਲ ਰਹੀ ਐ ਨੀ ਬੇਬੇ ਸੰਤੀ ਤੂੰ ਕੁਝ ਸੁਣਿਆ ਕਹਿੰਦੇ ਨੇ ਗੰਗਾ ਦੇ ਨਹਾਉਣ ਗਿਆ ਨਰੈਣ ਅਮਲੀ ਤੀਵੀ ਲਿਆ ਐ ਦੇ ਲੋਣੇ ਸਿਰਤੇ ਗੋਹੀ ਕੂੜੇ ਦੇ ਭਾਰੇ ਟੋਕਰੇ ਸਮੇਤ ਸੰਤੀ ਦੇ ਦਰਾਂ ਮੂਰੇ ਖੜੋਂਦਿਆਂ ਕਿਹਾ ਆਹੋ ਕੁੜੇ ਗੰਗਾ ਮਾਈ ਸਭ ਦੀਆਂ ਭੌਣੀਆਂ ਪੂਰੀਆਂ ਕਰਦੀ ਐ ਸੰਤੀ ਨੇ ਕੰਮੀਆਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ ਸਵਾਗਤ ਹੈ ਦੋਸਤੋ ਪ੍ਰੋਗਰਾਮ ਕੁਝਪਲ ਕਿਤਾਬ ਦੇ ਨਾਲ ਵਿੱਚ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੀ ਵਿੱਚ ਹੋਵੋਗੇ। ਦੋਸਤੋ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਕਿ ਕਿਤਾਬ ਦੀ ਗੱਲਬਾਤ ਕਰਦੇ ਆਂ। ਉਹ ਰਾਜ ਜੋ ਕਿਤਾਬ ਲੈ ਕੇ ਆਇਆ ਆਂ। ਆਮ ਤੌਰ ਤੇ ਚਰਚਾ ਹੋਈ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਵਕ ਵਕ ਕਿਤਾਬਾਂ ਤੁਹਾਡੇ ਰੂਬਰੂ ਕਰ ਰਹੇ ਆਂ। ਔਰ ਮੇਰਾ ਖਿਆਲ ਹੈ ਕਿ 50 ਤੋਂ ਜ਼ਿਆਦਾ ਅਸੀਂ ਕਿਤਾਬਾਂ ਨੂੰ ਰਿਵਿਊ ਕਰ ਚੁੱਕੇ ਆਂ ਔਰ ਅੱਧਾ ਸੈਂਕੜਾ ਆਪਾਂ ਕਹਿ ਸਕਦੇ ਹਾਂ ਮਾਰਲੇ ਹੋਇਆ ਔਰ ਉਹਦੇ ਸੈਂਕੜੇ ਤੋਂ ਜ਼ਿਆਦਾ ਕਿਤਾਬਾਂ ਹੋ ਚੁੱਕੀਆਂ ਆਂ। ਬੱਠ ਬੱਠੇ ਆਪਣੇ ਮਨ ਦਾ ਵਿਚਾਰ ਵੀ ਸੀ ਤੇ ਸੱਜਣ ਮਿੱਤਰਤਾ ਵਿੱਚ ਗੱਲ ਵੀ ਹੋਈ ਤੇ ਕਹਿੰਦੇ ਕਿ ਤੁਸੀਂ ਜਿੰਨੀਆਂ ਵੀ ਕਿਤਾਬਾਂ ਰਿਵਿਊ ਕੀਤੀਆਂ ਆ ਪੁਸਤਕਾਂ ਦੀ ਸਮੀਖਿਆ ਕੀਤੀ ਹੈ ਬੇਸ਼ੱਕ ਤੇ ਬਹੁਤ ਵਧੀਆ ਆ ਪਰ ਉਹਨਾਂ ਵਿੱਚ ਕਿਤੇ ਜ਼ਿਕਰ ਨਹੀਂ ਆਇਆ ਮੈਂ ਕਿਹਾ ਜੀ ਕਿਹੜੀ ਚੀਜ਼ ਦਾ ਕਿਸ ਗੱਲ ਦਾ ਜ਼ਿਕਰ ਨਹੀਂ ਆਇਆ ਕਹਿੰਦੇ ਇਹ ਵੀ ਤੁਸੀਂ ਜਿੰਨੀਆਂ ਵੀ ਕਿਤਾਬਾਂ ਕੀਤੀਆਂ ਨੇ ਉਹ ਸਾਰੀਆਂ ਹੀ ਲੇਖਕਾਂ ਵੱਲੋਂ ਲਿਖੀਆਂ ਹੋਈਆਂ ਆ ਕੋਈ ਐਸੀ ਕਿਤਾਬ ਜਿਹਨੂੰ ਲੇਖਕਾਂ ਨੇ ਲਿਖਿਆ ਹੋਵੇ ਮੈਂ ਉਹਦੀ ਰਮਜ਼ ਸਮਝ ਗਿਆ ਸੀ ਭਾਵੇਂ ਕਿ ਕੁਝ ਸਮੇਂ ਤੋਂ ਮੇਰੇ ਅੰਦਰ ਵੀ ਖਿਆਲ ਐਸਾ ਚੱਲ ਰਿਹਾ ਸੀ ਪਰ ਜਦੋਂ ਕਈ ਵਾਰੀ ਹੁੰਦਾ ਵੀ ਜਿਹੜੀ ਕਿਤਾਬ ਸਾਹਮਣੇ ਆਉਂਦੀ ਹੈ ਉਹਨੂੰ ਖੋਲ ਕੇ ਦੋ ਚਾਰ ਪੰਜ ਸੱਤ ਪੰਨੇ ਜਦੋਂ ਉਹਨੂੰ ਰੀਡ ਆਊਟ ਕਰੀਦਾ ਆ ਪੜੀਦਾ ਆ ਫਿਰ ਉਹ ਕਿਤਾਬ ਖਰੀਦ ਲੈਂਦੀ ਹੈ ਇਸ ਵਕਤ ਤੋਂ ਕਦੇ ਸੋਚਿਆ ਨਹੀਂ ਵੀ ਕੋਈ ਇਹ ਨਹੀਂ ਸੀ ਵੀ ਕੋਈ ਅਸੀਂ ਵਿਤਕਰਾ ਕੀਤਾ ਪਰ ਕਦੇ ਖਿਆਲ ਨਹੀਂ ਗਿਆ ਵੈਸੇ ਖਿਆਲ ਸੀ ਤਾਂ ਮੈਂ ਪਿਛਲੇ ਕੁਝ ਸਮੇਂ ਤੋਂ ਕੁਝ ਲੇਖਕਾਂਵਾਂ ਦੀਆਂ ਕਿਤਾਬਾਂ ਵੀ ਲੈ ਕੇ ਆਇਆ ਸੀਗਾ ਵੈਸੇ ਆ ਜਿਨ੍ਹਾਂ ਨੇ ਇਹ ਗੱਲ ਕੀਤੀ ਮੈਂ ਉਹਨਾਂ ਨੂੰ ਖਾਸ ਤੌਰ ਤੇ ਦੱਸਿਆ ਸੀ ਕਿ ਅਸੀਂ ਇੱਕ ਕਿਤਾਬ ਖੁਰੇ ਹੋਏ ਰੰਗ ਬਚਨਿਤਕੌਰ ਹੋਣਾਂ ਦੇ ਕੀਤੀ ਹੋਈ ਹੈ ਰਿਵਿਊ ਫਿਰ ਉਹ ਕਹਿੰਦੇ ਠੀਕ ਹੈ ਕੋ ਸਾਡੇ ਮਨ ਦੀ ਇਹੋ ਜਿਹੀ ਭਾਵਨਾ ਨਹੀਂ ਹੈ ਸਾਡੇ ਵਾਸਤੇ ਮਰਦ ਔਰਤ ਇਹ ਬਰਾਬਰ ਨੇ ਔਰਤ ਮਰਦ ਨਾਲੋਂ ਅੱਗੇ ਹੀ ਹੈ ਪਿੱਛੇ ਨਹੀਂ ਕਹਿ ਸਕਦੇ ਖੈਰ ਅੱਜ ਜਿਸ ਕਿਤਾਬ ਦੀ ਮੈਂ ਗੱਲਬਾਤ ਕਰਾਂਗਾ ਇੱਕ ਨਾਵਲ ਹੈ ਨਾਵਲ ਉੱਤੇ ਆਪਾਂ ਚਰਚਾ ਕਰਾਂਗੇ ਕਿੰਨੇ ਲਿਖਿਆ ਆ ਕਦੋਂ ਲਿਖਿਆ ਕੀ ਕੀ ਇਸ ਨਾਵਲ ਦੀਆਂ ਪ੍ਰਾਪਤੀਆਂ ਹੈਗੀਆਂ ਨੇ ਕਿੰਨੇ ਕੁ ਪੰਨੇ ਆ ਤੇ ਕਿੰਨੇ ਨੂੰ ਪ੍ਰਕਾਸ਼ਿਤ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਅੱਜ ਦਾ ਇਹ ਨਾਵਲਿਕ ਲੇਖਕ ਵੱਲੋਂ ਲਿਖਿਆ ਹੋਇਆ ਵਾ ਔਰ ਲੇਖਕਾ ਉਹ ਜਿਹਨੂੰ ਇਹ ਮਾਨ ਹਾਸਲ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਤੋਂ ਪੰਜਾਬੀ ਦੇ ਵਿੱਚ ਪਹਿਲੀ ਊਮੈਨ ਹੈ ਪਹਿਲੀ ਇਸਤਰੀ ਹੈ ਜਿਨੇ ਪੰਜਾਬੀ ਵਿੱਚ ਜਿਹੜੀ ਹੈ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਸੋ ਯਾਨੀ ਕਿ ਡਾਕਟਰ ਦਲੀਪ ਕੌਰ ਟਿਵਾਨਾ ਡਾਕਟਰ ਦਲੀਪ ਕੌਰ ਟਿਵਾਨਾ ਜਿਨਾਂ ਨੇ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਮਿਲ ਪੱਥਰ ਬਣਾ ਦਿੱਤੇ ਆ ਮਿਲ ਪੱਥਰ ਸਾਬਤ ਹੋਈਆਂ ਉਹਨਾਂ ਦੀਆਂ ਲਿਖਤਾਂ ਜੋ ਕੇਵਲ ਤੇ ਕੇਵਲ ਪੰਜਾਬੀ ਵਿੱਚ ਹੀ ਨਹੀਂ ਛਪੀਆਂ ਕਿਉਂਕਿ ਉਹ ਆਪ ਪੰਜਾਬੀ ਸਨ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਨ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਪੰਜਾਬੀਅਤ ਨੂੰ ਉਹ ਸਮਰਪਿਤ ਸਨ ਉਹਨਾਂ ਦੀਆਂ ਕਹਾਣੀਆਂ ਵਿੱਚ ਪੰਜਾਬ ਪੰਜਾਬੀ ਪੰਜਾਬੀ ਹਤੀਆਂ ਪੰਜਾਬੀ ਸਮਾਜ ਦੀਆਂ ਸਮੱਸਿਆਵਾਂ ਦੇ ਬਾਰੇ ਜ਼ਿਕਰ ਹੋਇਆ ਪਰ ਇਸ ਸਭ ਕੁਝ ਦੇ ਬਾਵਜੂਦ ਉਹਨਾਂ ਦੀਆਂ ਲਿਖਤਾਂ ਇੰਨੀਆਂ ਬਾ ਕਮਾਲ ਸੀ ਕਿ ਜਿਹੜੇ ਹੋਰ ਇਲਾਕੇ ਸੀ ਜਾਂ ਹੋਰ ਲੋਕ ਸੀ ਜਿਨ੍ਹਾਂ ਨੂੰ ਪਤਾ ਲੱਗਾ ਇਸ ਬਾਰੇ ਇਹ ਵੱਖ-ਵੱਖ ਪਛਾਵਾਂ ਦੇ ਵਿੱਚ ਤਰਜਮਾ ਹੋਈਆਂ ਅੰਗਰੇਜ਼ੀ ਦੇ ਵਿੱਚ ਵੀ ਇਹ ਛਪੀਆਂ ਔਰ ਹੋਰ ਜਿਹੜੇ ਖੇਤਰੀ ਪਛਾਵਾਂ ਨੇ ਉਹਨਾਂ ਵਿੱਚ ਵੀ ਡਾਕਟਰ ਦਲੀਪ ਕੌਰ ਟਿਵੜ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਤਰਜਮਾ ਹੋਈਆਂ ਜਿਸ ਨਵਲ ਦੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਇਹ ਨਵਲ ਦਾ ਨਾਮ ਹੈ ਇਹ ਹਮਾਰਾ ਜੀਵਨ ਤੇ ਇਹ 1968 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀਗਾ ਇਸ ਤੋਂ ਬਾਅਦ ਇਸ ਨਾਵਲ ਦੇ ਉੱਤੇ ਇੱਕ ਪੰਜਾਬੀ ਟੈਲੀ ਫਿਲਮ ਵੀ ਬਣੀ ਤੇ ਉਹਦੇ ਬਾਅਦ ਇਹ ਅੰਗਰੇਜ਼ੀ ਵਿੱਚ ਟ੍ਰਾਂਸਲਿਟ ਵੀ ਹੋਇਆ ਅਨੁਵਾਦਿਤ ਵੀ ਹੋਇਆ ਉਹਦੇ ਬਾਅਦ 1972 ਦੇ ਵਿੱਚ ਇਹ ਇੱਕ ਨਾਵਲ ਸੀ ਜਿਹਦੇ ਕਰਕੇ ਡਾਕਟਰ ਦਲੀਪ ਕੌਰ ਟਿਵਾੜਾ ਨੂੰ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਸੀ ਨਾਵਲ ਨੂੰ ਜਿਹੜਾ ਐਡੀਸ਼ਨ ਮੈਂ ਪੜ੍ਹਿਆ ਇਹ 2020 ਦੇ ਵਿੱਚ ਪ੍ਰਕਾਸ਼ਿਤ ਹੋਇਆ ਔਰ 2020 ਦੇ ਵਿੱਚ ਡਾਕਟਰ ਦਲੀਪ ਕੌਰ ਟਿਵਾੜਾ ਦਾ ਦੇਹਾਂਤ ਹੋਇਆ ਸੀਗਾ ਜਨੂਅਰੀ ਦੇ ਮਹੀਨੇ ਇਹ ਸ਼ਾਇਦ ਉਸ ਤੋਂ ਬਾਅਦ ਜਾਂ ਉਸ ਤੋਂ ਉਹਨਾਂ ਦੇ ਹੁੰਦਿਆਂ ਪ੍ਰਕਾਸ਼ਿਤ ਹੋਇਆ ਹੋਵੇਗਾ ਤਕਰੀਬਨ 94 ਕੋ ਸਫੇ ਨੇ ਓਵਰਆਲ ਨਾਵਲ ਦੇ 5 ਨੰਬਰ ਤੋਂ ਸ਼ੁਰੂ ਹੁੰਦਾ ਹੈ ਯਾਨੀ 8999 ਜਿਹੜੇ ਆ ਪੰਨੇ ਨੇ ਇਸ ਨਾਵਲ ਦੇ ਉੱਤੇ ਔਰ ਇਹਨੂੰ ਪ੍ਰਕਾਸ਼ਿਤ ਕੀਤਾ ਯਾ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਔਰ ਨਾਵਲ ਦੀ ਕਹਾਣੀ ਨਾਵਲ ਦੇ ਪਾਤਰ ਉਹ ਜਿਵੇਂ ਸ਼ੁਰੂਆਤ ਵਿੱਚ ਮੈਂ ਜ਼ਿਕਰ ਕੀਤਾ ਬਈ ਡਾਇਲੌਗ ਜਿਦ ਨਾਵਲ ਪੜਦੇ ਆ ਬਹੁਤ ਸਾਰੇ ਡਾਇਲੌਗ ਨਹੀਂ ਗੱਲਾਂ ਬਾਤਾਂ ਨੇ ਜਿਵੇਂ ਆਰੰਭ ਦੇ ਵਿੱਚ ਮੈਂ ਇਹਦਾ ਪਹਿਲਾ ਇੱਕ ਦੋ ਪੈਰਾਗ੍ਰਾਫ ਤੁਹਾਨੂੰ ਪੜ੍ਹ ਕੇ ਸੁਣਾਇਆ ਸੋ ਉਸੇ ਤਰ੍ਹਾਂ ਨਾਵਲ ਦੀ ਕਹਾਣੀ ਆਰੰਭ ਹੁੰਦੀ ਹੈ ਨਰਾਇਣੇ ਅਮਲੀ ਦੇ ਘਰ ਤੋਂ ਤੇ ਅੱਗੇ ਦੀ ਅੱਗੇ ਔਰਤ ਦੀ ਤਰਾਸ ਦੀ ਨੂੰ ਬਿਆਨ ਦਾ ਹੋਇਆ ਇਹ ਨਾਵਲ ਅੱਗੇ ਦੀ ਅੱਗੇ ਵਧਦਾ ਜਾਂਦਾ ਹੈ। ਕੋਲ ਮਲਾ ਕੇ ਇਸ ਨਾਵਲ ਦੇ ਵਿੱਚ 14 ਛੋਟੇ ਵੱਡੇ ਕਾਣੜ ਹੈਗੇ ਆ ਜਿਨ੍ਹਾਂ ਵਿੱਚ ਕਹਾਣੀ ਚੱਲਦੀ ਹੈ ਤੇ ਨਾਵਲ ਬਹੁਤ ਹੀ ਦਰਦਨਾਕ ਤੇ ਝੰਜੋੜਨ ਵਾਲਾ ਹੈ। ਤੇ ਪੁਰਾਣੇ ਪੰਜਾਬ ਦੇ ਵਿੱਚ ਔਰਤਾਂ ਦੀ ਬੇਹੱਦ ਤਰਸਯੋਗ ਹਾਲਤ ਨੂੰ ਬਿਆਨ ਕਰਦਾ ਹੈ। ਨਾਵਲ ਪਾਠਕ ਨੂੰ ਅੰਤ ਤੱਕ ਜੋੜੀ ਰੱਖਦਾ ਹੈ ਤੇ ਕਈ ਵਾਰ ਭਾਵੁਕ ਕਰਦਾ ਹੈ। ਔਰ ਨਾਵਲ ਦਾ ਜਿਹੜਾ ਮੁੱਖ ਕਿਰਦਾਰ ਹੈ ਉਹ ਹੈ ਪੰਨੋ ਤੇ ਭਾਨੋ ਦੀ ਦਰਦਨਾਕ ਤੇ ਦਇਆਮਤੀ ਹਾਲਤ ਪਾਠਕ ਨੂੰ ਝੰਡੋੜ ਕੇ ਰੱਖ ਦਿੰਦੀ ਹੈ ਪਰ ਖਾਸ ਤੌਰ ਤੇ ਮੈਂ ਦੱਸਾਂ ਵੀ ਇਹ ਨਾਵਲ ਸਿੱਖਿਆਦਾਇਕ ਵੀ ਹੈ ਤੇ ਸਮਾਜ ਸੁਧਾਰ ਦਾ ਸੁਨੇਹਾ ਵੀ ਦਿੰਦਾ ਹੈ ਔਰ ਇੱਕ ਲੰਮਾ ਸਮਾਂ ਇਹ ਨਾਵਲ ਸਿਲੇਬਸ ਦਾ ਹਿੱਸਾ ਵੀ ਬਣਿਆ ਰਿਹਾ ਹੈ ਡਾਕਟਰ ਦਲੀਪ ਕੋਟ ਟਵਾਣਾਂ ਦੀ ਜੀ ਜੇ ਤੁਸੀਂ ਗੱਲ ਕਰਦੇ ਆ ਉਹਨਾਂ ਦੀ ਲਿਖਤਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੀ ਸਾਹਿਤ ਰਚਨਾ ਦੀ ਗੱਲ ਕਰਦੇ ਆ ਤੇ ਖਾਸ ਤੌਰ ਤੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਾਤ ਬਾਰੇ ਉਹਨਾਂ ਨੇ ਲਿਖਿਆ ਔਰ ਉਹਦੇ ਨਾਵਲਾਂ ਦੀਆਂ ਕੁਝ ਔਰਤਾਂ ਪੜੀਆਂ ਲਿਖੀਆਂ ਜਿਹੜਾ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ ਨਾ ਹੀ ਉਹ ਇੱਕ ਧਰ ਥਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਔਰ ਜਿਵੇਂ ਮੈਂ ਜ਼ਿਕਰ ਕੀਤਾ ਵੀ ਇਹ ਨਾਵਲ ਇਹ ਹਮਾਰਾ ਜੀਵਨ ਜਿਹੜਾ 1968 ਵਿੱਚ ਛਪਿਆ 1969 ਦੇ ਵਿੱਚ ਦਿਸ आवर ਲਾਈਫ ਅੰਗਰੇਜ਼ੀ ਵਿੱਚ ਇਹ ਟ੍ਰਾਂਸਲੇਟ ਹੋਇਆ ਔਰ 71 ਦੇ ਵਿੱਚ ਜਿਹੜਾ ਆ ਇਹਨੂੰ ਸਾਹਿਤ ਅਕਾਦਮੀ ਇਨਾਮ ਜਿਹੜਾ ਆ ਇਸ ਨਾਵਲ ਕਰਕੇ ਡਾਕਟਰ ਸਾਹਿਬ ਨੂੰ ਇਹਦਾ ਪ੍ਰਾਪਤ ਹੋਇਆ ਸੀਗਾ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ ਦੇ ਸੰਗ੍ਰਹਿ ਵੀ ਲਿਖੇ ਸਵੈ ਜੀਵਨੀਆਂ ਵੀ ਲਿਖੀਆਂ ਬਾਲ ਸਾਹਿਤ ਵੀ ਲਿਖਿਆ ਤੇ ਅੰਗਰੇਜ਼ੀ ਹਿੰਦੀ ਅਤੇ ਉਰਦੂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਆਪ ਜੀ ਦੀਆਂ ਲਿਖਤਾਂ ਜਿਹੜੀਆਂ ਜਾਂ ਆਪ ਜੀ ਦੀਆਂ ਕਿਤਾਬਾਂ ਆਪ ਜੀ ਦੀਆਂ ਰਚਨਾਵਾਂ ਉਹ ਵਕ ਵਕ ਸਮੇਂ ਤਰਜਮਾ ਹੁੰਦੀ ਰਹੀਆਂ ਜਿਸ ਕਾਰਨ ਡਾਕਟਰ ਦਲੀਪ ਕੌਰ ਦੇ ਜਿਹੜੇ ਪਾਠਕਾਂ ਦਾ ਘੇਰਾ ਸੀਗਾ ਉਹ ਬਹੁਤ ਵਿਸ਼ਾਲ ਸੀਗਾ ਬਹੁਤ ਵੱਡਾ ਸੀਗਾ ਔਰ ਬੜੀ ਹੀ ਸਾਫ ਸੁਥਰੀ ਲਿਖਤ ਜਿਹੜੀ ਹੈ ਜੋ ਸਮਾਜ ਨੂੰ ਸੁਨੇਹਾ ਦਿੰਦੀ ਹੋਵੇ ਉਹ ਸਮਾਜ ਦੇ ਹਰ ਵਰਗ ਵੱਲੋਂ ਪਰਵਾਨੀ ਗਈ ਔਰ ਨਾਲ ਦੀ ਨਾਲ ਸਮਾਜ ਦੇ ਤਕਰੀਬਨ ਤਕਰੀਬਨ ਹਰ ਵਰਗ ਨੂੰ ਜਿਹੜਾ ਆ ਉਹਨੂੰ ਆਪਣੇ ਨਾਵਲਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਖਾਸ ਗੱਲ ਹੈ ਕਿ ਜਦੋਂ ਵੀ ਇਹ ਨਾਵਲ ਨਾਵਲ ਦਾ ਕਾਂਡ ਕੋਈ ਸ਼ੁਰੂ ਹੁੰਦਾ ਹੈ ਇਸ ਨਾਵਲ ਦੀ ਮੈਂ ਗੱਲ ਕਰਦਾ ਤੇ ਜਿਵੇਂ ਮੈਂ ਸ਼ੁਰੂਆਤ ਵਿੱਚ ਕਿਹਾ ਵੀ ਕੱਚੇ ਘਰਾਂ ਵਾਲਾ ਛੋਟਾ ਜਿਹਾ ਪਿੰਡ ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬਹੀ ਸੋ ਇਹ ਸ਼ੁਰੂਆਤ ਹੈ ਪਹਿਲਾਂ ਇੱਕ ਦ੍ਰਿਸ਼ ਬਣਿਆ ਜਾਂਦਾ ਹੈ ਸਿੱਧੀ ਕਹਾਣੀ ਨਹੀਂ ਸ਼ੁਰੂ ਕੀਤੀ ਜਾਂਦੀ ਦੂਸਰਾ ਜਿਵੇਂ ਕਾਂਡ ਸ਼ੁਰੂ ਕਰਦੇ ਹਾਂ ਨਿਮਾ ਹੁੰਦਾ ਹੁੰਦਾ ਦੀਵਾ ਬੁਝ ਗਿਆ ਲੰਮੀ ਕਾਲੀ ਠਰੀ ਸਿਆਲ ਦੀ ਰਾਤ ਤਵੇਲੇ ਵਰਗਾ ਪਾਂ ਪਾਂ ਕਰਦਾ ਕਰ ਹਨੇਰੇ ਵਿੱਚ ਭੱਜੇ ਫਿਰਦੇ ਚੂਹਿਆਂ ਕਾਰਨ ਕਦੇ ਕੋਈ ਭਾਂਡਾ ਖੜਕ ਜਾਂਦਾ ਹੈ। ਇਦਾਂ ਇੱਕ ਦ੍ਰਿਸ਼ ਤੀਸਰੇ ਕਾਣ ਦੀ ਗੱਲ ਕਰਦੇ ਆਂ ਹੱਟੀ ਵਰਗਾ ਲਿਪਿਆ ਪੋਚਿਆ ਕਰ ਤੜੀ ਦਿੱਤਾ ਸੰਭਰੇ ਆ ਸੂਰਿਆ ਅੰਦਰ ਭਾਵੇਂ ਭੁੰਜੇ ਪਾ ਕੇ ਖਾ ਲੋ। ਇਸ ਤਰੀਕੇ ਨਾਲ ਪਹਿਲਾਂ ਇੱਕ ਦ੍ਰਿਸ਼ ਬਣੇ ਜਾਂਦਾ ਹੈ ਵੀ ਜਿੱਥੋਂ ਦੀ ਗੱਲ ਹੋ ਰਹੀ ਹੈ ਜਿੱਥੇ ਇਹ ਜੋ ਦੁਖ ਕਿਰਦਾਰ ਨੇ ਉਹਨਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਹੈ ਉੱਥੋਂ ਦੀ ਸਥਿਤੀ ਕਿਹੋ ਜੀ ਹੈ ਉੱਥੋਂ ਦੀ ਜਿਹੜਾ ਦ੍ਰਿਸ਼ ਚਿਤ੍ਰਨ ਕਿਹੋ ਜਿਹਾ ਹੈ ਉਹ ਪਹਿਲਾਂ ਐਕਸਪਲੇਨ ਕੀਤਾ ਜੋ ਥੋੜੀ ਜਿਹੀ ਖੂਬਸੂਰਤੀ ਪੈਦਾ ਕਰਦਾ ਹੈ ਔਰ ਇਸ ਤਰੀਕੇ ਨਾਲ ਇਹ ਨਾਵਲ ਕੰਟੀਨਿਊ ਚੱਲਦਾ ਹੈ ਓਵਰঅল ਕਹਾਣੀ ਬਹੁਤ ਵਧੀਆ ਹੈ ਮੈਂ ਜਿਵੇਂ ਦੱਸਿਆ ਵੀ ਸਾਨੂੰ ਝੰਜੋੜ ਦਿੰਦੀ ਹੈ ਸਾਨੂੰ ਭਾਵੁਕ ਕਰਦੀ ਹੈ ਅੱਖਾਂ ਵਿੱਚ ਹੰਝੂ ਹੰਝੂ ਵੀ ਆ ਸਕਦੇ ਨੇ ਜਿਨ੍ਹਾਂ ਦੇ ਦਿਲ ਕਮਜ਼ੋਰ ਹੈਗੇ ਨੇ ਪਰ ਨਾਵਲ ਦੀ ਜਿਹੜੀ ਮੈਸੇਜ ਹੈ ਨਾਵਲ ਦਾ ਸੁਨੇਹਾ ਜਿਹੜਾ ਹੈ ਉਹ ਬਾਕਮਾਲ ਹੈਗਾ ਹੈ ਸੋ ਇਹ ਸਜੀ ਡਾਕਟਰ ਦਲੀਪਕੌਰ ਟਿਵਾਣ ਦਾ ਇੱਕ ਪ੍ਰਸਿੱਧ ਨਾਵਲ ਇਹ ہمارا ਜੀਵਨਾ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ